ਹੈਲੋ ਸਟੂਡੈਂਟਸ ਵੈਲਕਮ ਟੂ ਆਲ ਔਨ ਸਬੀਸੀ ਸ਼ਿਕਸ਼ਾ ਆਨਲਾਈਨ ਪਲੇਟਫਾਰਮ ਸਟੂਡੈਂਟਸ ਮੈਂ ਤੁਹਾਡਾ ਆਪਣਾ ਗੁਰਲਾਲ ਸਰਾਂ ਅੱਜ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਜੀ ਆਫਲਾਈਨ ਕੋਚਿੰਗ ਬਾਰੇ ਸਟੂਡੈਂਟਸ ਸਾਡੇ ਪੰਜਾਬ ਜੋਬਸ ਲਈ ਸਪੈਸ਼ਲ ਆਨਲਾਈਨ ਆਫਲਾਈਨ ਬੈਚ ਜੋ ਕਿ ਬੱਚੇ ਹਬੌਰ ਦੇ ਵਿੱਚ ਫਾਜ਼ਿਲਕਾ ਦੇ ਵਿੱਚ ਐਂਡ ਮੁਹਾਲੀ ਦੇ ਵਿੱਚ ਸਟਾਰਟ ਹੋਣ ਜਾ ਰਹੇ ਨੇ ਇਹਨਾਂ ਬਾਰੇ ਆਪਾਂ ਇੱਕ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਬੱਚੇ ਤਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਕਾਫੀ ਸਾਰੇ ਡਾਊਟਸ ਤੁਹਾਡੇ ਸੈਸ਼ਨ ਦੇ ਜਰੀਏ ਮੈਂ ਕਲੀਅਰ ਕਰਾਂਗਾ ਬੱਚੇ ਆਪਣੇ ਜੋ ਆਫਲਾਈਨ ਬੈਚ ਨੇ ਬੱਚੇ ਹਬੌਰ ਦੇ ਵਿੱਚ ਫਾਜ਼ਿਲਕਾ ਦੇ ਵਿੱਚ ਤੇ ਮੁਹਾਲੀ ਦੇ ਵਿੱਚ ਅਪਕਮਿੰਗ ਡੇਸ ਦੇ ਵਿੱਚ ਸਟਾਰਟ ਹੋਣ ਜਾ ਰਹੇ ਨੇ ਸਭ ਤੋਂ ਪਹਿਲਾਂ ਤਾਂ ਬੱਚਿਆਂ ਦਾ ਇਹ ਪੁਆਇੰਟ ਹੁੰਦਾ ਸਰ ਵਿਕੈਂਸੀਸ ਦੇ ਬਾਰੇ ਤਾਂ ਵਿਕੈਂਸੀਸ ਬਾਰੇ ਬੱਚੇ ਮੈਂ ਇੱਕ ਗੱਲ ਕਲੀਅਰ ਕਰ ਦੇਣੀ ਚਾਹਾਂਗਾ ਇੱਥੇ ਕਾਫੀ ਬੱਚੇ ਕਾਫੀ ਸਾਰੇ ਬੱਚਿਆਂ ਨੂੰ ਮੈਨੂੰ ਕਾਲ ਮੈਸੇਜ ਆਉਂਦਾ ਸਰ ਵਿਕੈਂਸੀਸ ਤਾਂ ਆ ਨਹੀਂ ਰਹੀਆਂ ਵਿਕੈਂਸੀਸ ਆਉਣ ਗਿਆ ਕਿ ਨਹੀਂ ਆਉਣ ਗਿਆ ਐਮਪੀ ਇਲੈਕਸ਼ਨ ਆ ਗਿਆ ਜੇ ਹੋ ਗਿਆ ਉਹ ਹੋ ਗਿਆ ਤੋ ਬੱਚੇ ਨੋਟ ਕਰ ਲਓ ਮੇਰੀ ਗੱਲ ਵੀਡੀਓ ਦਾ ਭਰਤੀ ਜਰੂਰ ਆ ਰਹੀ ਹੈ ਵੀਡੀਓ ਦਾ ਫਾਰਮ ਬਹੁਤ ਜਲਦੀ ਰੀਓਪਨ ਹੋ ਰਿਹਾ ਹੈ ਤੇ ਤੁਸੀਂ ਇਸ ਦਾ ਪੇਪਰ ਵੀ ਇਸੇ ਸਾਲ ਦੇ ਐਂਡ ਤੱਕ ਦੇਖਣ ਨੂੰ ਮਿਲੇਗਾ ਬੱਚੇ ਇਸ ਤੋਂ ਇਲਾਵਾ ਵੀ ਕੰਸੀਸ ਜਰੂਰ ਆਉਣਗੀਆਂ ਇੱਕ ਦੋ ਵੈਕੈਂਸੀਸ ਦੇ ਪੇਪਰ ਇੱਕ ਦੋ ਡਿਪਾਰਟਮੈਂਟ ਆਪਣੇ ਪੇਪਰ ਲਵੇਗਾ ਐਮਪੀ ਇਲੈਕਸ਼ਨ ਤੋਂ ਪਹਿਲਾਂ ਬਾਕੀ ਐਮਪੀ ਇਲੈਕਸ਼ਨ ਦੇ ਹੁੰਦਿਆਂ ਨਾਲ ਹੀ ਤੁਹਾਡੇ ਐਗਜ਼ਾਮ ਸਟਾਰਟ ਹੋ ਜਾਣਗੇ ਮਤਲਬ ਕਹਿਣ ਦਾ ਮਤਲਬ ਹੈ ਪੂਰਾ ਆਪਣਾ ਇਹ ਸਾਲ ਬਿਜ਼ੀ ਰਹਿਣ ਵਾਲਾ ਹੈ ਐਵੇਂ ਦੀ ਕੋਈ ਗੱਲ ਨਹੀਂ ਵੀ ਪੇਪਰ ਨਹੀਂ ਹੋਣੇ ਵੈਕੈਂਸੀਸ ਨਹੀਂ ਆਉਣੀਆਂ ਇੱਕ ਐਵੇਂ ਦੀ ਕੋਈ ਵੀ ਗੱਲ ਨਹੀਂ ਹੈਗੀ ਬੱਚੇ ਇਹ ਸਭ ਤੋਂ ਪਹਿਲਾਂ ਮੇਨ ਪੁਆਇੰਟ ਸੀ ਤੁਹਾਡਾ ਉਹ ਮੈਂ ਕਲੀਅਰ ਕਰ ਦਿੱਤਾ ਬੱਚੇ ਵੀ ਵੀਡੀਓ ਦਾ ਐਗਜ਼ਾਮ ਬਹੁਤ ਹੀ ਜਲਦੀ ਰੀਓਪਨ ਹੋ ਰਿਹਾ ਹੈ ਤੇ ਇਸ ਸਾਲ ਦੇ ਐਂਡ ਤੱਕ ਇਹ ਜਿਹੜੀ ਹੈ ਸਰਕਾਰ ਵੀਕੈਂਸੀ ਦਾ ਐਗਜ਼ਾਮ ਲੈ ਆ ਲਵੇਗੀ ਬੱਚੇ ਜੱਪਾ ਗਲਤ ਕਰਦੇ ਆ ਆਪਣੇ ਬੈਚਸ ਬਾਰੇ ਠੀਕ ਹੈ ਬੱਚੇ ਸਭ ਤੋਂ ਪਹਿਲਾਂ ਕੀ ਆਪਣੇ ਜੋ ਅਸੀਂ ਆਫਲਾਈਨ ਬੈਚ ਦੇ ਰਹੇ ਆ ਇਹਦੇ ਵਿੱਚ ਸੇ 1 ਟੂ 1 ਮੈਂਟਰਸ਼ਿਪ ਪ੍ਰੋਗਰਾਮ ਲੈ ਕੇ ਆਏ ਬੱਚੇ ਜੋ ਆਈ ਥਿੰਕ ਕੋਈ ਇੰਸਟੀਟਿਊਟ ਨਹੀਂ ਕਰ ਰਿਹਾ 1 ਟੂ 1 ਮੈਂਟਰਸ਼ਿਪ ਦੇ ਵਿੱਚ ਅਸੀਂ ਇੱਕ ਲਿਮਟਿਡ ਬੈਚ ਰੱਖਾਂਗੇ ਲਿਮਟਿਡ ਬੈਚ ਰੱਖਣ ਦੇ ਨਾਲ ਤੁਹਾਡੇ ਟੀਚਰਸ ਦੀ ਤੁਹਾਡੇ ਉੱਪਰ ਨਜ਼ਰ ਜ਼ਰੂਰ ਬਣੀ ਰਹੇਗੀ ਤੂੰ ਤੁਸੀਂ ਕਿੱਥੇ ਸਰਵਾਈਵ ਕਰ ਰਹੇ ਹੋ ਕੀ ਤੁਹਾਡਾ ਮੇਨ ਪੁਆਇੰਟ ਹੈ ਉਸੇ ਅਕੋਰਡਿੰਗ ਤੁਹਾਨੂੰ ਟੀਚ ਕੀਤਾ ਜਾਵੇਗਾ ਤਾਂ ਇਹ ਸਾਡੇ ਆਫਲਾਈਨ ਬੈਚ ਦੀ ਸਭ ਤੋਂ ਮੇਨ ਫੀਚਰ ਹੈਗੀ ਇਹ ਵੀ ਇੱਕ ਲਿਮਟਿਡ ਬੈਚ ਦੇ ਵਿੱਚ ਤੁਹਾਨੂੰ ਅਸੀਂ ਕੀ ਕਰਾਂਗੇ ਇੱਕ ਲਿਮਟਿਡ ਬੈਚ ਦੇ ਵਿੱਚ ਤੁਹਾਨੂੰ ਅਸੀਂ ਬੱਚੇ ਅਸੀਂ ਆਪਣਾ ਕੋਚਿੰਗ ਦੇਵਾਂਗੇ ਤਾਂ ਕਿ ਤੁਹਾਨੂੰ ਉੱਥੇ 1 ਟੂ 1 ਮੈਂਟਰਸ਼ਿਪ ਦਿੱਤੀ ਜਾਵੇ ਠੀਕ ਹੈ ਤਾਂ ਕਿ ਤੁਹਾਡੇ ਉੱਪਰ ਇੱਕ ਅੱਛੇ ਤਰੀਕੇ ਨਾਲ ਨਜ਼ਰ ਬਣਾਈ ਰੱਖੀ ਰਕ ਸਕੰਡ ਟੀਚਰਸ ਠੀਕ ਹੈ ਬੱਚੇ ਦੂਸਰਾ ਪੁਆਇੰਟ ਸੇ ਇਥੇ ਕੀ ਹੁੰਦਾ ਬੱਚੇ ਆਪਣੇ ਕੋਲ ਵੀ ਕਿਹੜੀ ਲੈਂਗੁਏਜ ਵਿੱਚ ਕੋਚਿੰਗ ਦਿਓਗੇ ਸਰ ਕਿਉਂਕਿ ਕਾਫੀ ਬੱਚੇ ਸ਼ਹਿਰਾਂ ਤੋਂ ਹੁੰਦੇ ਨੇ ਕੁਝ ਬੱਚੇ ਪਿੰਡਾਂ ਤੋਂ ਹੁੰਦੇ ਨੇ ਤਾਂ ਹਰੇਕ ਦਾ ਆਪਣਾ ਆਪਣਾ ਲੈਵਲ ਹੁੰਦਾ ਬੱਚੇ ਤਾਂ ਜੋ ਕੋਚਿੰਗ ਹੋਵੇਗੀ ਉਹ ਦੋਨੋਂ ਭਾਸ਼ਾਵਾਂ ਚ ਹੋਵੇਗੀ ਮੀਨਸ ਬਾਇਲੈਂਗੁਅਲ ਹੋਵੇਗੀ ਇੰਗਲਿਸ਼ ਐਂਡ ਪੰਜਾਬੀ ਦੋਨਾਂ ਵਿੱਚ ਹੋਵੇਗੀ ਬੱਚੇ ਇੰਗਲਿਸ਼ ਤੇ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ ਤੁਹਾਨੂੰ ਜੋ ਸਾਡਾ ਸਟਾਫ ਹੈ ਉਹ ਤੁਹਾਨੂੰ ਆਪਣਾ ਕੋਚਿੰਗ ਦੇਵੇਗਾ ਬੱਚੇ ਇਹ ਗੱਲ ਯਾਦ ਰੱਖ ਲੈਣੀ ਠੀਕ ਹੈ ਇੰਗਲਿਸ਼ ਤੇ ਪੰਜਾਬੀ ਦੋਨੋਂ ਭਾਸ਼ਾਵਾਂ ਦੇ ਵਿੱਚ ਕੋਚਿੰਗ ਮਿਲੇਗੀ ਤੁਹਾਨੂੰ ਉਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਕੋਰਸ ਕਿੰਨੇ ਦੀ ਡਿਊਰੇਸ਼ਨ ਕਿੰਨਾ ਡਿਊਰੇਸ਼ਨ ਬੱਚੇ ਅਰਾਊਂਡ 4 ਮਹੀਨੇ ਦਾ ਬੈਚ ਹੋਵੇਗਾ ਇਸ ਵਿੱਚ ਇਹ ਹੋ ਸਕਦਾ ਹੈ ਵੀ ਸਵਾ 3 ਮਹੀਨੇ ਸਾਢੇ 3 ਮਹੀਨੇ ਤੁਹਾਡਾ ਥਿਊਰੀ ਪੋਰਸ਼ਨ ਕੰਪਲੀਟ ਹੋਣ ਤੋਂ ਬਾਅਦ ਤੁਹਾਡਾ ਟੈਸਟ ਸੀਰੀਜ਼ ਸਟਾਰਟ ਹੋ ਜਾਏ ਟੈਸਟ ਨਾਲ-ਨਾਲ ਵੀ ਚੱਲਦੇ ਰਹਿਣਗੇ ਤੇ ਬਾਅਦ ਵਿੱਚ ਵੀ ਸਟਾਰਟ ਬਾਦ ਵਿੱਚ ਵੀ ਲੱਗਣ ਕਰਨਗੇ ਤਾਂ ਅਰਾਊਂਡ ਆਪਾਂ ਮੰਨ ਕੇ ਚੱਲਨੇ ਆ 4 ਮਹੀਨੇ ਦਾ ਸਮਾਂ ਆਪਾਂ ਇਨਸ ਬੈਚ ਵਿੱਚ ਲਗਾਵਾਂਗੇ ਬੱਚੇ ਠੀਕ ਹੈ ਐਂਡ ਇਸ ਤੋਂ ਇਲਾਵਾ ਮੈਂ ਅਗਰ ਮੈਂ ਗੱਲ ਕਰਾਂ ਇਸ ਤੋਂ ਇਲਾਵਾ ਟੀਚਰਸ ਦੀ ਗੱਲ ਕਰਾਂ ਤਾਂ ਟੀਚਰਸ ਐਕਸਪਰਟ ਟੀਚਰਸ ਨੇ ਬੱਚੇ ਜੋ ਕਿ ਆਪਣੇ ਸਟੇਟ ਜੋਬਸ ਦੇ ਐਕਸਪਰਟ ਟੀਚਰਸ ਦੀ ਟੀਮ ਹੋਵੇਗੀ ਭਾਵੇਂ ਸਾਡੀ ਹਬੋਰ ਬ੍ਰਾਂਚ ਹੈ ਭਾਵੇਂ ਫਾਜ਼ਿਲਕਾ ਬ੍ਰਾਂਚ ਹੈ ਭਾਵੇਂ ਮੁਹਾਲੀ ਬ੍ਰਾਂਚ ਹੈ ਤਾਂ ਮੁਹਾਲੀ ਵਿੱਚ ਤਾਂ ਮੈਂ ਖੁਦ ਹੀ ਆਪਣਾ ਟੀਚ ਕਰਾਂਗਾ ਤਾਂ ਇਨਾ ਬਾਕੀ ਹਬੋਰ ਐਂਡ ਫਾਜ਼ਿਲਕਾਦ ਵਿੱਚ ਜ਼ਰੂਰ ਇੱਕ 10 ਜਾਂ 15 ਦਿਨਾਂ ਬਾਅਦ ਮੇਰੇ ਲੈਕਚਰਸ ਹੋਣ ਕਰਨਗੇ ਬਟ ਉੱਥੇ ਜੋ ਟੀਮ ਹੋਵੇਗੀ ਉਹ ਵੈਲ ਐਜੂਕੇਟਿਡ ਟੀਮ ਦੇ ਬੱਚੇ ਜਿਨ੍ਹਾਂ ਦੇ ਖੁਦ ਦੇ ਐਗਜ਼ਾਮ ਕਲੀਅਰ ਨੇ ਉਹ ਉਹੋ ਹੀ ਟੀਮ ਮੈਂਬਰ ਅਸੀਂ ਸਿਲੈਕਟ ਕੀਤੇ ਨੇ ਤੇ ਜਿਨ੍ਹਾਂ ਨੂੰ ਐਟ ਲੀਸਟ ਕੋਚਿੰਗ ਫੀਲਡ ਦੇ ਵਿੱਚ ਜਿਨ੍ਹਾਂ ਨੂੰ 1.5 ਤੋਂ 2 ਸਾਲ ਦਾ ਐਕਸਪੀਰੀਅੰਸ ਹੈ ਉਹ ਵਾਲੇ ਟੀਚਰਸ ਤੁਹਾਨੂੰ ਕੋਚਿੰਗ ਦੇਣਗੇ ਬੱਚੇ ਕੋਈ ਵੀ ਐਵੇਂ ਨਹੀਂ ਹੈਗਾ ਵੀ ਕੋਈ ਫਰੈਸ਼ਰ ਟੀਚਰ ਤੁਹਾਨੂੰ ਕੋਚਿੰਗ ਦੇਣ ਦੇਣ ਜਾ ਰਿਹਾ ਹੈ ਉਹੀ ਟੀਚਰ ਦੇਣਗੇ ਕੋਚਿੰਗ ਜੋ ਆਲਰੇਡੀ ਮਾਰਕੀਟ ਦੇ ਵਿੱਚ ਪਿਛਲੇ ਡੇਢ ਤੋਂ 2 ਸਾਲ ਦੇ ਵਿੱਚ ਬੱਚਿਆਂ ਨੂੰ ਟੀਚ ਕਰ ਰਹੇ ਨੇ ਤੇ ਜਿਨ੍ਹਾਂ ਦੇ ਖੁਦ ਦੇ ਇਗਜ਼ਾਮ ਵੀ ਕਲੀਅਰ ਨੇ ਬੱਚੇ ਤਾਂ ਬਹੁਤ ਅੱਛੀ ਟੀਮ ਦੇ ਨਾਲ ਸੀ ਜੋ ਇਹ ਆਫਲਾਈਨ ਕੋਚਿੰਗ ਸਟਾਰਟ ਕਰਨ ਜਾ ਰਹੇ ਆ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਵੀ ਏਰੀਆਜ਼ 'ਚ ਰਿਜ਼ਲਟ ਬਹੁਤ ਅੱਛੇ ਨੇ ਸਾਡੇ ਜਿਵੇਂ ਕਿ ਹਬੋਰ ਫਾਜ਼ਿਲਕਾ ਤੋਂ ਅਸੀਂ ਬਿਲੋਂਗ ਕਰਦੇ ਹਾਂ ਤੁਸੀਂ ਏਰੀਆਜ਼ ਬਹੁਤ ਅੱਛੇ ਰਿਜ਼ਲਟ ਨੇ ਤੁਸੀਂ ਕਿਸੇ ਵੀ ਹਬੋਰ ਫਾਜ਼ਿਲਕਾ ਪਤਾ ਕਰ ਸਕਦੇ ਹੋ ਵੀ ਸੀਬੀਸੀ ਇੰਸਟੀਚਿਊਟ ਦੇ ਕਿਵੇਂ ਦੇ ਰਿਜ਼ਲਟ ਨੇ ਕਿਵੇਂ ਦੇ ਟੀਮ ਮੈਂਬਰ ਨੇ ਤਾਂ ਬਹੁਤ ਅੱਛੇ ਤੁਹਾਨੂੰ ਰਿਵਿਊਸ ਮਿਲਣਗੇ ਬੱਚੇ ਠੀਕ ਹੈ ਤਾਂ ਉਸ ਤੋਂ ਬਾਅਦ ਨੋਟਸ ਐਂਡ ਬੁਕਸ ਦੀ ਮੈਂ ਗੱਲ ਕਰਾਂ ਜੋ ਤੁਹਾਨੂੰ ਕੋਚਿੰਗ ਕਲਾਸਿਸ ਵਿੱਚ ਦਿੱਤਾ ਜਾਵੇਗਾ ਕੁਝ ਨੋਟਸ ਤੁਹਾਨੂੰ ਲਿਖਵਾਏ ਜਾਣਗੇ ਵਿੱਚ ਬੱਚੇ ਰਿਟਰਨ ਕਰੋ ਬਸ ਤੁਹਾਨੂੰ ਰਿਟਰਨ ਮੀਨਸ ਕਹਿੰਦਾ ਮਤਲਬ ਤੁਹਾਨੂੰ ਕਲਾਸ ਦੇ ਵਿੱਚ ਲਿਖਵਾਏ ਜਾਣਗੇ ਕੁਝ ਨੋਟਸ ਜੋ ਚੀਜ਼ਾਂ ਲਿਖਵਾਉਣ ਦੇ ਹੋਣੀਆਂ ਲਿਖਵਾਈਆਂ ਜਾਣਗੀਆਂ ਕੁਝ ਤੁਹਾਨੂੰ ਬੁੱਕਸ ਦਿੱਤੀਆਂ ਜਾਣਗੀਆਂ ਕੁਝ ਤੁਹਾਨੂੰ ਜਿਹੜੀਆਂ ਹੈਗੀਆਂ ਨੇ ਉਹ ਸ਼ੀਟਸ ਦਿੱਤੀਆਂ ਜਾਣਗੇ ਬੱਚੇ ਤਾਂ ਇਹ ਤਿੰਨੋਂ ਚੀਜ਼ਾਂ ਦਾ ਕੰਬੀਨੇਸ਼ਨ ਹੋਵੇਗਾ ਵੀ ਨੋਟਸ ਲਿਖਵਾਏ ਵੀ ਜਾਣਗੇ ਠੀਕ ਹੈ ਜੋ ਜਿਹਨਾਂ ਸਬਜੈਕਟਸ ਦੀ ਲਿਖਮੋਣ ਦੀ ਲੋਡ ਨਹੀਂ ਉਹਨਾਂ ਦੀ ਬੁੱਕਸ ਵੀ ਮਿਲਣਗੀਆਂ ਆਬਜੈਕਟਿਵ ਕੁਐਸਚਨਸ ਦੀ ਸ਼ੀਟਸ ਵੀ ਮਿਲਣਗੀਆਂ ਟੈਸਟ ਵੀ ਮਿਲਣਗੇ ਸਾਰਾ ਕੁਝ ਤੁਹਾਨੂੰ ਇੱਕ ਪੂਰਾ ਕੰਬੋ ਵਿੱਚ ਮਿਲੇਗਾ ਬੱਚੇ ਆਫਲਾਈਨ ਕੋਚਿੰਗ ਦੇ ਨਾਲ ਤੇ ਅਰਾਊਂਡ ਅਰਾਊਂਡ ਆਪਾਂ ਗੱਲ ਕਰੀਏ ਤਾਂ ਅਰਾਊਂਡ ਅਰਾਊਂਡ ਆਪਣੇ ਕੋਲ ਸਾਡੇ ਕੋਲ ਬੈਚਸ ਦੇ ਵਿੱਚ ਤਿੰਨੋਂ ਬ੍ਰਾਂਚਸ ਵਿੱਚ ਸਾਡੇ ਕੋਲ 25 ਤੋਂ 30 ਸੀਟਾਂ ਹੈਗੀਆਂ ਨੇ ਮੀਨਸ 25 ਤੋਂ 30 ਸੀਟਾਂ ਸਾਡੇ ਕੋਲ ਹਬੌਰ ਬ੍ਰਾਂਚ ਵਿੱਚ ਹੈਗੀਆਂ ਨੇ 25 ਤੋਂ 30 ਸੀਟਾਂ ਸਾਡੇ ਕੋਲ ਫਾਜ਼ਿਲਕਾ ਬ੍ਰਾਂਚ ਵਿੱਚ ਹੈਗੀਆਂ ਨੇ ਐਂਡ 25 ਤੋਂ 30 ਸੀਟਾਂ ਹੀ ਸਾਡੇ ਕੋਲ ਮੋਹਾਲੀ ਬ੍ਰਾਂਚ ਹੈਗੀਆਂ ਤਾਂ ਕਿ ਅਸੀਂ ਇੱਕ ਅچھے ਤਰੀਕੇ ਨਾਲ ਜੋ ਸਾਡੇ ਕੋਲ ਪੜ ਕੇ ਜੋ ਸਾਡੇ ਕੋਲ ਇੱਕ ਸਟੂਡੈਂਟ ਇੱਕ ਆਸ ਨਾਲ ਆ ਰਿਹਾ ਹਾਂ ਵੀ ਮੈਂ ਸਰਕੂਲ ਜਾ ਰਿਹਾ ਮੈਂ ਸਰ ਦਾ ਕੋਚਿੰਗ ਸੈਂਟਰ ਜੁਆਇਨ ਕਰਦੇ ਹਾਂ ਤਾਂ ਮੈਨੂੰ ਇੱਕ ਅੱਛਾ ਉੱਥੇ এনवायरमेंट ਮਿਲੇ ਅੱਛਾ ਇੱਕ ਐਟਮੋਸਫੇਅਰ ਮਿਲੇ ਤਾਂ ਉਹ ਚੀਜ਼ਾਂ ਅਸੀਂ ਇੱਥੇ ਪ੍ਰੋਵਾਈਡ ਕਰਾਂਗੇ ਤਾਂ ਕਿ ਤੁਹਾਨੂੰ ਅਸੀਂ 1 ਟੂ 1 ਮੈਂਟਰਸ਼ਿਪ ਦੇ ਸਕੀਏ ਹਰੇਕ ਬੱਚੇ ਦੇ ਉੱਪਰ ਨਜ਼ਰ ਬਣਾਈ ਰੱਖੀ ਜਾ ਸਕੇ ਟੀਚਰਸ ਦੇ ਵੱਲੋਂ ਤਾਂ ਕਿ ਟੀਚਰਸ ਵੀ ਆਪਣਾ ਬੈਸਟ ਦੇਣ ਕਿਉਂਕਿ 100 150 200 ਜਦੋਂ ਸਟੂਡੈਂਟਸ ਬੈਚ ਬੈਠ ਜਾਂਦੇ ਨੇ ਉਦੋਂ ਤੁਹਾਨੂੰ ਵੀ ਪਤਾ ਹੈ ਵੀ ਇੱਕ ਹਰ ਬੱਚੇ ਤੇ ਆਪਾਂ ਕੁਐਰੀਜ਼ ਵੀ ਸੋਲਵ ਨਹੀਂ ਕਰ ਸਕਦੇ ਤੇ ਹਰ ਬੱਚੇ ਦੇ ਆਪਾਂ ਜਿਹੜੇ ਨੇ ਡਾਊਟਸ ਵਗੈਰਾ ਹੋ ਗਏ ਜਾਂ ਹਰ ਬੱਚੇ ਉੱਪਰ ਆਪਾਂ ਨਜ਼ਰ ਵੀ ਨਹੀਂ ਬਣਾ ਸਕਦੇ ਠੀਕ ਹੈ ਤਾਂ ਪ੍ਰੋਪਰ ਇੱਕ ਇੱਕ ਕਹ ਦੋ ਡਿਸਪੀਸਪਲਨਲ ਨਾਲ ਕੋਚਿੰਗ ਇਸ ਆਫਲਾਈਨ ਸਟਾਰਟ ਹੋਵੇਗੀ ਪ੍ਰੋਪਰ ਤੁਹਾਡੀ اٹੈਂਡੈਂਸ ਲਈ ਜਾਵੇਗੀ ਬੱਚੇ اٹੈਂਡੈਂਸ ਪ੍ਰੋਪਰ ਹੋਵੇਗੀ ਤੁਹਾਡੀ ਦੂਸਰੀ ਗੱਲ ਕੀ ਹੈ ਬੱਚੇ ਅਗਰ ਤੁਸੀਂ ਜਿਆਦੇ ਛੁੱਟੀਆਂ ਮਾਰੋਗੇ ਤਾਂ ਤੁਹਾਡੇ ਪੇਰੈਂਟਸ ਨੂੰ ਵੀ ਕਾਲ ਕੀਤਾ ਜਾਵੇਗਾ ਸਾਡੀ ਟੀਮ ਦੇ ਵੱਲੋਂ ਵੀ ਤੁਹਾਡਾ ਬੇਟਾ ਤੁਹਾਡੀ ਬੇਟੀ ਆ ਕੁਝ ਕਰ ਰਿਹਾ ਹੈ ਕੀ ਪਰਫਾਰਮੈਂਸ ਉਹਦੀ ਆ ਰਹੀ ਹੈ ਕਿਉਂਕਿ ਸਾਨੂੰ ਇੱਕ ਸੀਰੀਅਸ ਕੈਂਡੀਡੇਟ ਚਾਹੀਦੇ ਨੇ ਜੋ ਇੱਕ ਅچھے ਤਰੀਕੇ ਨਾਲ ਤਿਆਰੀ ਕਰਨ ਵਾਸਤੇ ਮੂਡ ਵਿੱਚ ਆਏ ਹੋਣ ਠੀਕ ਹੈ ਦੂਸਰੀ ਗੱਲ ਹੈ ਬੱਚੇ ਕਈ ਬੱਚੇ ਡੈਮੋਸ ਦੀ ਡਿਮਾਂਡ ਕਰਦੇ ਹੁੰਦੇ ਹਨ ਤਾਂ ਡੈਮੋਸ ਤਾਂ ਤੁਹਾਨੂੰ ਪਤਾ ਹੈ ਬੱਚੇ ਵੀ ਅਗਰ ਅਸੀਂ ਇੱਕ ਦਿਨ ਵਧੀਆ ਪੜਾ ਕੇ ਬਾਅਦ ਵਿੱਚ ਤੁਹਾਨੂੰ 4 ਮਹੀਨੇ ਮਾੜਾ ਪੜਾਵਾਗੇ ਤਾਂ ਉਹਦੇ ਵਿੱਚ ਤਾਂ ਪੂਰੀ ਪ੍ਰੋਪਰ ਕੋਈ ਗੱਲਬਾਤ ਨਹੀਂ ਬਣਦੀ ਹੈ ਨਾ ਤਾਂ ਤੁਸੀਂ ਇੱਕ ਵਿਸ਼ਵਾਸ ਨਾਲ ਆਇਓ ਸਾਨੂੰ ਜੁਆਇਨ ਕਰ ਰਹੇ ਹੋ ਤੇ ਇੱਕ ਵਿਸ਼ਵਾਸ ਨਾਲ ਆਇਓ ਵੀ ਜੋ ਅਸੀਂ ਕੋਚਿੰਗ ਸੈਂਟਰ ਜੁਆਇਨ ਕਰਨ ਜਾ ਰਹੇ ਹਾਂ ਇਹ ਸਾਡੀ ਜਿਹੜੀ ਹੈਗੀ ਹੈ ਬੇੜੀ ਨੂੰ ਪਾਰ ਪੱਕਾ ਲਗਵਾ ਦੇਣਗੇ ਠੀਕ ਹੈ ਬੱਚੇ ਤਾਂ ਲਿमिटेड ਕੋਚਿੰਗ ਹੋਵੇਗੀ ਬੱਚੇ ਤਾਂ ਇਸ ਤੋਂ ਇਲਾਵਾ ਮੈਂ ਤੁਹਾਨੂੰ ਐਡਰੈਸ ਵਗੈਰਾ ਵੀ ਸ਼ੇਅਰ ਕਰ ਦੇਣਾ ਹਬੋਰ ਬ੍ਰਾਂਚ ਦਾ ਸਭ ਤੋਂ ਪਹਿਲਾ ਐਡਰੈਸ ਸ਼ੇਅਰ ਕਰਨਾ ਕਿਉਂਕਿ ਹਬੋਰ ਬ੍ਰਾਂਚ ਦੇ ਵਿੱਚ ਆਪਣਾ 10 ਅਗਸਤ ਨੂੰ ਬੈਚ ਸਟਾਰਟ ਹੋਣ ਜਾ ਰਿਹਾ ਹੈ ਵੀਰਵਾਰ ਨੂੰ ਬੈਸਟਾਰਟ ਹੋਣ ਜਾ ਰਿਹਾ ਬੱਚੇ 10 ਅਗਸਤ ਨੂੰ ਵੀਰਵਾਰ ਨੂੰ ਸਵੇਰ 9 ਵਜੇ ਬੈਸਟਾਰਟ ਹੋਣ ਜਾ ਰਿਹਾ ਐ ਐਂਡ ਸਭ ਤੋਂ ਮੇਨ ਗੱਲ ਕੀ ਏ ਫ੍ਰੀ ਲਾਇਬ੍ਰੇਰੀ ਦਾ ਅਸੈਸਰੀ ਤੁਹਾਨੂੰ ਦਿੱਤਾ ਜਾ ਰਿਹਾ ਬੱਚੇ ਫ੍ਰੀ ਲਾਇਬ੍ਰੇਰੀ ਦਾ ਅਸੈਸ ਮੰਨ ਲੇ ਚੱਲੋ ਫੋਰ ਐਗਜ਼ਾਮਪਲ ਆਪਾਂ ਗੱਲ ਕਰਦੇ ਆ ਹਬੋਰ ਬਨਾਜ ਦੇ ਵਿੱਚ 9 ਵਜੇ ਤੋਂ ਲੈ ਕੇ 1 ਵਜੇ ਤੱਕ ਤੁਹਾਡਾ 1 ਵਜੇ ਤੱਕ ਤੁਹਾਡਾ ਬੈਚ ਲੱਗ ਰਿਹਾ ਹੈ ਹਨਾ ਉਸ ਤੋਂ ਬਾਅਦ ਤੁਹਾਨੂੰ 3 ਤੋਂ 4 ਘੰਟੇ ਬੈਠਣ ਨੂੰ ਦਿੱਤੇ ਜਾ ਰਹੇ ਨੇ ਲਾਇਬ੍ਰੇਰੀ ਦੇ ਵਿੱਚ ਤਾਂ ਕਿ ਤੁਸੀਂ ਜੋ ਟੀਚਰਸ ਦੁਆਰਾ ਪੜਾਇਆ ਗਿਆ ਹੈ ਉਸ ਨੂੰ ਤੁਸੀਂ ਅੱਛੇ ਤਰੀਕੇ ਨਾਲ ਰਿਵਾਈਜ਼ ਕਰ ਪਾ ਕੋਈ ਡਾਊਟ ਹੈ ਤੁਸੀਂ ਉਹ ਪੁੱਛ ਲਓ ਅਗਰ ਉੱਥੇ ਟਿਚਰ ਅਵੇਲੇਬਲ ਹੈ ਤੁਹਾਡੇ ਕੋਲ ਤਾਂ ਤੁਸੀਂ ਖੁਦ ਦੇਖੋ ਵੀ ਤੁਸੀਂ 9 ਵਜੇ ਕਰੋ ਆਓ ਕਰੋਗੇ ਤੇ 5 ਵਜੇ ਤੱਕ ਤੁਸੀਂ ਇੱਥੇ ਇੱਥੇ ਰੋ ਕਰੋਗੇ ਤਾਂ ਕਿ ਤੁਸੀਂ ਅੱਛੇ ਇੱਕ এনवायरमेंट ਦੇ ਵਿੱਚ ਰੋਗੇ ਬੱਚੇ ਇੱਕ ਅੱਛੇ এনवायरमेंट ਸੇ ਰੋਗੇ ਤੇ ਇਹ ਫੈਸਿਲਿਟੀਆਂ ਬਹੁਤ ਅੱਛੀਆਂ ਰਹਿਣਗੀਆਂ ਅਗਰ ਤੁਸੀਂ ਇੱਕ ਸੀਰੀਅਸ ਕੈਂਡੀਡੇਟ ਕੋਚਿੰਗ ਕਰਨ ਆ ਰਹੇ ਹੋ ਬੱਚੇ ਤਾਂ 10 ਅਗਸਤ ਨੂੰ ਹਬੋਰ ਬ੍ਰਾਂਚ ਵਿੱਚ ਬੈ ਸਟਾਰਟ ਹੋਣ ਜਾ ਰਿਹਾ 9 ਵਜੇ ਐਡਰੈਸ ਸੇ ਬੱਚੇ ਸਨਬੀਮ ਪਬਲਿਕ ਸਕੂਲ ਆਪੋਜੀਟ ਮਹਾਰਾਜ ਸਿਨੇਮਾ ਹਨਮਾਨਗੜ ਰੋਡ ਹਬੋਰ ਤੁਸੀਂ ਨੰਬਰਸ ਨੋਟ ਕਰ ਸਕਦੇ ਹੋ ਇਹਨਾਂ ਨੰਬਰਸ ਤੇ ਉੱਪਰ ਤੁਸੀਂ ਕਾਲਿੰਗ ਕਰ ਸਕਦੇ ਹੋ ਸਕਰੀਨਸ਼ਾਟ ਲੈ ਲਓ ਕਾਲਿੰਗ ਕਰ ਲਓ ਕੋਈ ਵੀ ਫੀਸ ਸਟ੍ਰਕਚਰ ਬਾਰੇ ਪੁੱਛਣਾ ਹੈ ਤਾਂ ਤੁਸੀਂ ਕਾਲਿੰਗ ਕਰ ਸਕਦੇ ਹੋ ਬੱਚੇ ਫੀਸ ਬਾਰੇ ਪੁੱਛਣਾ ਤੁਸੀਂ ਕਾਲ ਕਰ ਸਕਦੇ ਹੋ ਦੂਸਰਾ ਮੈਂ ਜਾਵਾਂਗਾ ਫਾਜ਼ਲਕਾ ਬ੍ਰਾਂਚ ਦੇ ਐਡਰੈਸ ਤੇ ਬੱਸ ਸਟੈਂਡ ਦੇ ਕੋਲ ਬੱਚੇ ਆਪੋਜ਼ਿਟ ਬॉयਜ਼ ਸੀਨੀਅਰ ਸੈਕੰਡਰੀ ਸਕੂਲ ਫਾਜ਼ਲਕਾ ਬॉय सीਨੀਅਰ ਸੈਕੰਡਰੀ ਸਕੂਲ ਫਾਜ਼ਲਕਾ ਬੱਸ ਸਟੈਂਡ ਦੇ ਨਜ਼ਦੀਕ ਕੇ ਬੱਚੇ ਇਹ ਉਸ ਬ੍ਰਾਂਚ ਦਾ ਐਡਰੈਸ ਹੈ ਤਾਂ ਇਸ ਇਹ ਨੰਬਰ ਤੁਸੀਂ 79732 26002 ਤਾਂ 95222 95232 ਸਾਡਾ ਅਫੀਸ਼ੀਅਲ ਇੰਸਟੀਚਿਊਟ ਦਾ ਨੰਬਰ ਹੈ ਹੈਡ ਹੈਡ ਆਫਿਸ ਦਾ ਅਗਰ ਤੁਹਾਨੂੰ ਇਹ ਨੰਬਰ ਤੇ ਕੋਈ ਰਿਸਪੌਂਸ ਨਹੀਂ ਕਰ ਰਿਹਾ ਤੁਸੀਂ ਇਸ ਨੰਬਰ ਤੇ ਵੀ ਕਾਲ ਕਰ ਸਕਦੇ ਹੋ ਇੱਥੇ ਸਾਰਾ 21 ਅਗਸਤ ਨੂੰ ਬੈਚ ਸਟਾਰਟ ਹੋਣ ਜਾ ਰਿਹਾ ਬੱਚੇ 21 ਅਗਸਤ ਨੂੰ ਬੈਚ ਸਟਾਰਟ ਹੋਣ ਜਾ ਰਿਹਾ ਇਹ ਵੀ ਤੁਸੀਂ ਤਿਆਰ ਰੱਖ ਲੈਣੀ ਚੀਜ਼ ਮੋਹਾਲੀ ਬ੍ਰਾਂਚ ਤੇ ਵੀ ਸਾਡਾ 21 ਅਗਸਤ ਨੂੰ ਬੈਚ 9 ਵਜੇ ਸਟਾਰਟ ਹੋਣ ਜਾ ਰਿਹਾ ਸਿਟੀ ਹਾਰਟ ਮਾਰਕੀਟ ਹੈ ਬੱਚੇ ਬਾਂਸਾਂ ਵਾਲੀ ਚੁੰਗੀ ਖਰੜ ਚੰਡੀਗੜ੍ਹ ਰੋਡ ਤੇ ਤਾਂ ਇਹ ਨੰਬਰ ਤੁਸੀਂ ਕਾਲ ਕਰ ਸਕਦੇ ਹੋ 9522295232 ਕੁਝ ਵੀ ਫੀਸ ਬਾਰੇ ਪੁੱਛਣਾ ਹੈ ਕੁਝ ਵੀ ਪੁੱਛਣਾ ਇਸ ਬਾਰੇ ਕਾਲ ਕਰ ਸਕਦੇ ਹੋ ਬੱਚੇ ਤੁਸੀਂ ਐਂਡ ਅਗਰ ਮੈਂ ਪੀਜੀਸ ਤੇ ਰੂਮਸ ਦੀ ਗੱਲ ਕਰਾਂ ਤਾਂ ਤਿੰਨੋਂ ਇੰਸਟੀਟਿਊਟਸ ਇੱਕ ਦੇ ਕੋਲ ਜਿਹੜੇ ਹੈਗੇ ਤੁਹਾਨੂੰ ਪੀਜੀਸ ਵੀ ਮਿਲ ਜਾਣਗੇ ਰੂਮਸ ਵੀ ਮਿਲ ਜਾਣਗੇ ਕਿਸੇ ਵੀ ਬ੍ਰਾਂਚ ਬ੍ਰਾਂਚ ਤੁਸੀਂ ਜੁਆਇਨ ਕਰਨ ਜਾ ਰਹੇ ਹੋ ਤਾਂ ਬਹੁਤ ਅੱਛਾ ਐਟਮੋਸਫੇਅਰ ਮਿਲੇਗਾ ਤੁਹਾਨੂੰ ਠੀਕ ਹੈ ਤਾਂ ਤੁਹਾਨੂੰ ਇੱਕ ਪੜਾਈ ਵਾਲਾ ਵਾਤਾਵਰਨ ਮਿਲੇਗਾ ਬੱਚੇ ਤੁਸੀਂ ਆਓਗੇ ਜੁਆਇਨ ਕਰੋਗੇ ਤਾਂ ਬਹੁਤ ਅੱਛਾ ਰਿਜ਼ਲਟ ਲੈ ਕੇ ਜਾਓਗੇ ਕਿਉਂਕਿ ਪ੍ਰੀਵੀਅਸ ਰਿਜ਼ਲਟ ਸਾਡੇ ਕੋਲ ਬਹੁਤ ਅੱਛੇ ਨੇ ਠੀਕ ਹੈ ਬੱਚੇ ਅਗਰ ਤੁਸੀਂ ਹੁਣ ਹੁਣ ਇੱਕ ਇੱਕ ਗੱਲ ਹੋਰ ਬੱਚੇ ਅਗਰ ਤੁਸੀਂ ਸੋਚੋਗੇ ਸਟਾਰਟ ਕਰੋਗੇ ਸੋ ਸਟਾਰਟ ਕਰੋਗੇ ਤਾਂ ਹੀ ਕੁਝ ਸੋਚੋਗੇ ਹਨਾ ਖੁਦ ਦਾ ਹੋਵੇਗਾ ਹਾਂ ਵੀਡੀਓ ਦੀ ਪਰਤੀ ਆ ਰਹੀ ਮੈਂ ਸਰਕਾਰੀ ਜੋਬ ਲੈਣੀ ਹੈ ਮੈਂ ਬਹੁਤ ਤੱਕੇ ਖਾਲੇ ਮੈਂ ਸਰਕਾਰੀ ਜੋਬ ਲੈਣੀ ਹੋਈ ਹੈ ਤਾਂ ਹੀ ਤੁਸੀਂ ਸੋਚੋਗੇ ਤਾਂ ਹੀ ਤੁਹਾਡੇ ਮਾਈਂਡ ਚ ਆਈਡੀਆ ਆਉਣਗੇ ਮੈਂ ਆਫਲਾਈਨ ਜੁਆਇਨ ਕਰਾਂ ਕਿ ਆਨਲਾਈਨ ਜੁਆਇਨ ਕਰਾਂ ਹਨਾ ਫਿਰ ਹੀ ਤੁਸੀਂ ਉਸ ਚੀਜ਼ ਕਰ ਪਾਓਗੇ ਤੇ ਉਸ ਐਟਮੋਸਫੇਅਰ ਚ ਰਹ ਕੇ ਮੋਟੀਵੇਟ ਹੋ ਕੇ ਤੁਸੀਂ ਸਕਸੈਸ ਪਰ ਪਾਓਗੇ ਕਿਉਂਕਿ ਹਰ ਚੀਜ਼ ਇੰਟਰਲੇਟ ਹੈ ਬੱਚੇ ਹਰੇਕ ਚੀਜ਼ ਇੰਟਰਲੇਟ ਹੈ ਇਹ ਤੁਸੀਂ ਆਰਾਮ ਨਾਲ ਆਪਣੀ ਤਿਆਰੀ ਕਰ ਸਕਦੇ ਹੋ ਤੇ ਬਹੁਤ ਅੱਛਾ ਰਿਜ਼ਲਟ ਲੈ ਕੇ ਆ ਸਕਦੇ ਹੋ ਠੀਕ ਹੈ ਤਾਂ ਐਸੀ ਆਫਲਾਈਨ ਦੀ ਗੱਲ ਤੇ ਬਾਕੀ ਅਪਕਮਿੰਗ ਵੈਕੈਂਸੀਸ ਇਹ ਸਾਰੀਆਂ ਵੈਕੈਂਸੀਸ ਨੇ ਬੱਚੇ ਐਵੇਂ ਦੀ ਕੋਈ ਗੱਲ ਨਹੀਂ ਵੀ ਵੈਕੈਂਸੀਸ ਨਹੀਂ ਆਉਣੀਆਂ ਸਾਰਿਆਂ ਦੇ ਸਾਰੀਆਂ ਵੈਕੈਂਸੀਸ ਆਉਣੀਆਂ ਨੇ ਤੇ ਸਾਰਿਆਂ ਦੇ ਸਾਰਿਆਂ ਦੇ ਐਗਜ਼ਾਮ ਵੀ ਹੋਣੇ ਨੇ ਬੱਚੇ ਤਾਂ ਸਾਰਿਆਂ ਦੇ ਕਿਉਂਕਿ ਕੁਝ ਵੀ ਅਗਰ ਮੈਂ ਗੱਲ ਕਰਾਂ ਨਾ ਅਗਰ ਤੁਹਾਨੂੰ ਹੁਣ ਤੁਸੀਂ ਅਗਰ ਤਿਆਰੀ ਕਰਨਾ ਚਾਹੋਗੇ ਤਾਂ ਤੁਹਾਨੂੰ ਘੱਟੋ-ਘੱਟ ਵੀ 90+ ਨੰਬਰ ਲੈਣੇ ਪੈਣਗੇ 90% ਨੰਬਰ ਲੈਣੇ ਪੈਣਗੇ ਤੁਹਾਨੂੰ ਠੀਕ ਹੈ ਅਗਰ ਤੁਸੀਂ ਅੱਛਾ ਰੈਂਕ ਲੈ ਕੇ ਆਉਣਾ ਹੈ ਤਾਂ 90% ਲੈ ਕੇ ਨੰਬਰ ਲੈ ਕੇ ਆਉਣੇ ਪੈਣਗੇ ਅਗਰ ਜਨਰਲ ਕੈਟਾਗਰੀ ਦਾ ਬੱਚਾ ਹੈਗਾ ਜਿੰਨਾ ਕੰਪੀਟੀਸ਼ਨ ਵੱਧ ਰਿਹਾ ਹੈ ਅਦਰ ਕੈਟੇਗਰੀ ਵਾਲੇ ਨੂੰ ਵੀ 80 ਤੋਂ 85% ਨੰਬਰ ਲੈ ਕੇ ਆਉਣਗੇ ਬੱਚੇ ਲੈ ਕੇ ਆਉਣੇ ਪੈਣਗੇ ਤਾਂ ਹੀ ਤੁਸੀਂ ਇੱਕ ਅੱਛੀ ਪੋਸਟ ਸਿਲੈਕਟ ਹੋ ਸਕਦੇ ਹੋ ਜਿਵੇਂ ਕਿ ਕਾਨੂੰਗੋ ਦੀ ਪੋਸਟ ਹੈ ਸੋਸਾਇਟੀ ਇਨਸਪੈਕਟਰ ਦੀ ਪੋਸਟ ਹੈ ਟਰਾਂਸਪੋਰਟ ਆਫੀਸਰ ਦੀ ਪੋਸਟ ਹੈ ਵੇਅਰਹਾਊਸ ਦੀ ਪੋਸਟ ਹੈ ਬੱਚੇ ਇੱਕ ਅੱਛੀਆਂ ਵੈਕੈਂਸੀਜ਼ ਦੇ ਵਿੱਚ ਆਈ ਜਾਂਦੀਆਂ ਨੇ ਪਟਵਾਰੀ ਐਕਸਾਈਜ਼ ਸਾਰੀਆਂ ਵੈਕੈਂਸੀਜ਼ ਦੁਬਾਰਾ ਆ ਰਹੀਆਂ ਨੇ ਬੱਚੇ ਤੁਸੀਂ ਜੁਆਇਨ ਕਰ ਸਕਦੇ ਹੋ ਠੀਕ ਹੈ ਤਾਂ ਪੀਸੀਐਸ ਦੀ ਨੋਟੀਫਿਕੇਸ਼ਨ ਮਾਸਟਰ ਕਾ ਨੋਟੀਫਿਕੇਸ਼ਨ ਵੀ ਆ ਰਹੀ ਹੈ ਬੱਚੇ ਕੰਪਿਊਟਰ ਟੀਚਰਸ ਵੀ ऑनलाइन बैच भी अवेलेबल बच्चे ऑ एप से जाके ऐप सी बी सी शिक्षा डाउनलोड कर लेनी है उत्तर नंबर वन बैच फॉर पाब एग्जाम है भी ज्वाइन कर, कर सद बच्चे यैच ज्वाइन कर सद अगर ऑनलाइन बैच ज्वाइन करना यह भी बैच ज्वाइन कर सकते हो तो ऐप का अड्रैस य बच्चे ऐप प्लेस्टोर तो डाउनलोड करनी है सी बी सी शिक्षा आईफोन यूजू यू, यूजरस ने माई इंस्टीट्यूट फिलच करना है रैड कलर की एक ऐप आएगी रैड लॉगो वाली तो ओवर द कोड हैगा एक्समएस डबल यू बी बाकी कॉल कर लेना पचानवे दो सौ बी पचानवे 232 ਦੇ ਉੱਪਰ ਤੁਹਾਨੂੰ ਸਾਰੀ ਹੈਲਪ ਮਿਲ ਜਾਏਗੀ ਬੱਚੇ ਐਂਡ ਜਿਹੜਾ ਲੱਕ ਤੁਹਾਡੇ ਹੱਥ 'ਚ ਵੀ ਨਹੀਂ ਹੈਗਾ ਬੱਚੇ ਕਹਿ ਦੋ ਕਿਸਮਤ ਤੁਹਾਡੇ ਹੱਥ 'ਚ ਨਹੀਂ ਬਰ ਡਿਸੀਜਨ ਤੁਹਾਡੇ ਹੱਥ 'ਚ ਹੈਗਾ ਅਗਰ ਸਹੀ ਇੰਸਟੀਚਿਊਟ ਜੁਆਇਨ ਕਰਦੇ ਹੋ ਤਾਂ ਤੁਸੀਂ 100% ਜੌਬ ਲੈਂਦੇ ਹੋ ਕਿਵੇਂ ਸਾਡੇ ਪ੍ਰੀਵੀਅਸ ਰਿਜ਼ਲਟ ਬਹੁਤ ਅੱਛੇ ਆਏ ਨੇ ਜਿਵੇਂ ਕਿ 2023 ਦੇ ਰਿਜ਼ਲਟ ਵੀ ਬਹੁਤ ਅੱਛੇ ਆਏ ਨੇ ਬੱਚੇ ਪਟਵਾਰੀ ਦੇ ਐਕਸਾਈਜ਼ ਦੇ ਪੀ ਟ੍ਰਿਪਲ ਐਸ ਬੀ ਕਲਰਕ ਦੇ ਠੀਕ ਹੈ 2021 ਦੇ ਰਿਜ਼ਲਟ ਵੀ ਬਹੁਤ ਅੱਛੇ ਆਏ ਨੇ ਕਿ ਭਾਈ ਦੇ ਰਿਜ਼ਲਟ ਵੀ ਸਾਡੇ ਬਹੁਤ ਅੱਛੇ ਆਏ ਨੇ ਤੁਸੀਂ ਦੇਖੋ ਬੱਚਿਆਂ ਦੇ ਇੱਕ ਹੱਥ ਵਿੱਚ ਸਰਕਾਰ ਜਿਹੜਾ ਲੈਟਰ ਥਮਾਰੀ ਇਹ ਵੀ ਆਸ ਲੱਚਕ ਕੋ ਜੌਬ ਤੁਹਾਨੂੰ ਮਿਲਗੀ ਭਗਵੰਤ ਮਾਨ ਸਾਹਿਬ ਦੇ ਰਹੇ ਨੇ ਆ ਦੇਖੋ ਸਾਰੇ ਪੰਜਾਬ ਪੁਲਿਸ ਦੇ ਸਿਲੇਕਟਡ ਬੱਚੇ ਐਕਸਾਈਜ਼ ਦੇ ਟਾਪਰਸ ਰੈਂਕ ਵਾਲੇ ਇੱਕ ਰਿਜ਼ਲਟ ਮਿਲਣਗੇ ਤਾਂ ਇੱਕ ਅچھے ਰਿਜ਼ਲਟ 'ਤੇ ਤੁਸੀਂ ਜੁਆਇਨ ਕਰ ਸਕਦੇ ਹੋ ਸਾਡਾ ਇੰਸਟੀਚਿਊਟ ਕਿਉਂਕਿ 7200 ਪਲੱਸ ਫਾਈਨਲ ਸਿਲੈਕਸ਼ਨਸ ਦੇ ਚੁੱਕੇ ਆ ਪਿਛਲੇ 6 ਸਾਲਾਂ 'ਚ ਅਸੀਂ ਤਾਂ ਇਹ ਸਾਰੇ ਸਾਰੀਆਂ ਪਿਕਚਰ ਤੁਸੀਂ ਦੇਖ ਸਕਦੇ ਹੋ ਨਿਊਜ਼ਪੇਪਰ ਦੀਆਂ ਕਟਿੰਗ ਨੇ ਤੁਹਾਨੂੰ ਪਤਾ ਨਿਊਜ਼ਪੇਪਰ ਤਾਂ ਐਵੇਂ ਕਟਿੰਗ ਲਗਾਉਂਦਾ ਹੀ ਨਹੀਂ ਵੈਸੇ ਠੀਕ ਹੈ ਤਾਂ ਤੁਸੀਂ ਜੋ ਵੀ ਸਾਡੀਆਂ ਇਹ ਆਫਲਾਈਨ ਬੈਚ ਹੈਗਾ ਬੱਚੇ ਤਿੰਨੋਂ ਜਗ੍ਹਾ 'ਤੇ ਜੋ ਆਫਲਾਈਨ ਬੈਚ ਸਾਡਾ ਹੈਗਾ ਤੁਸੀਂ ਜੁਆਇਨ ਕਰ ਸਕਦੇ ਹੋ ਬੱਚੇ ਤੁਸੀਂ ਇਹ ਤਿੰਨੋਂ ਜਗ੍ਹਾ 'ਤੇ ਜੋ ਸਾਡਾ ਬੈਚ ਹੈਗਾ ਇਹ ਤੁਸੀਂ ਜੁਆਇਨ ਕਰ ਸਕਦੇ ਹੋ ਤਾਂ ਨਾ ਪੁਲਣਾ ਨਾ ਬੱਚੇ ਤਿੰਨੋਂ ਬ੍ਰਾਂਚਸ ਵਿੱਚ ਰਿਜ਼ਲਟ ਤਿੰਨੋਂ ਬ੍ਰਾਂਚਸ ਵਿੱਚ ਜਿਹੜਾ ਹੈਗਾ ਸਾਡਾ ਇਹ ਆਫਲਾਈਨ ਬੈਚ ਜਿਹੜਾ ਆਫਲਾਈਨ ਕੋਚਿੰਗ ਜਿਹੜੀ ਹੈਗੀ ਹੈ ਉਹ ਸਟਾਰਟ ਹੋਣ ਜਾ ਰਹੀ ਹੈ ਹਬੌਰ ਦੇ ਵਿੱਚ ਫਾਜ਼ਲਕਾਰ ਦੇ ਵਿੱਚ ਮੁਹੱਲੀ ਵਿੱਚ ਤੇ ਅੱਜ ਤੁਸੀਂ ਜੁਆਇਨ ਕਰ ਸਕਦੇ ਹੋ ਸੀਬੀਸੀ ਇੰਸਟੀਚਿਊਟ ਠੀਕ ਹੈ ਬੈਟ ਰਿਜ਼ਲਟ ਵਾਸਤੇ ਕਿਉਂਕਿ 7200 ਪਲੱਸ ਫਾਈਨਲ ਸਿਲੈਕਸ਼ਨਸ ਅਸੀਂ ਪਿਛਲੇ 6 ਸਾਲਾਂ ਵਿੱਚ ਬੱਚੇ ਦੇ ਚੁੱਕੇ ਹਾਂ ਓਕੇ ਥੈਂਕ ਯੂ ਬੱਚੇ ਬਾਏ ਬਾਏ ਮਿਲਦੇ ਆਪਾਂ ਆਫਲਾਈਨ ਕਲਾਸ ਵਿੱਚ ਓਕੇ ਥੈਂਕ ਯੂ